ਚੜ੍ਹਦੀ ਕਲਾ ਟਾਈਮ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਪਿਛਲੇ ਸਾਲ ਉੱਤਰਾਖੰਡ ਵਿੱਚ ਹੋਈ ਭਿਆਨਕ ਤਰਾਸਦੀ ਤੋਂ ਬਾਅਦ ਹੁਣ ਕੁਦਰਤ ਨੇ ਜੰਮੂ ਕਸ਼ਮੀਰ ਦੇ ਵਿੱਚ ਕਹਿਟ ਆਇਆ। ਭਾਰੀ ਬਾਰਿਸ਼ਾਂ ਤੋਂ ਬਾਅਦ ਹੜ੍ਹਾਂ ਦੇ ਵਿੱਚ ਡੁੱਬੀ ਧਰਤੀ ਦੀ ਜੰਨਤ ਨੂੰ ਵੇਖ ਹਰ ਕਿਸੇ ਦੇ ਹੋਸ਼ ਉੱਡ ਜਾਂਦੇ ਨੇ। ਹਰ ਪਾਸੇ ਸਿਰਫ ਤੇ ਸਿਰਫ ਬਰਬਾਦੀ ਹੀ ਬਰਬਾਦੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਦੀ ਵਿਸ਼ੇਸ਼ ਟੀਮ ਵੱਲੋਂ ਬੀਤੇ ਦਿਨੀ ਜੰਮੂ ਕਸ਼ਮੀਰ ਦਾ ਦੌਰਾ ਕੀਤਾ ਗਿਆ, ਜਿੱਥੇ ਉਹਨਾਂ ਵਾਦੀ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਪੇਸ਼ ਹੈ ਸਾਡੀ ਖਾਸ ਰਿਪੋਰਟ, ਜਲਥਲ ਹੋਈ ਜੰਨਤ। ਹੜ੍ਹਾਂ ਦੇ ਕਾਰਨ ਭਾਰਤ ਦਾ ਸਵਰਗ ਨਰਕ ਜਿਹੇ ਹਾਲਾਤਾਂ ਦਾ ਸਾਹਮਣਾ ਕਰ ਰਿਹਾ। ਪਿਛਲੇ ਸਾਲ ਜਿੱਥੇ ਉੱਤਰਾਖੰਡ ਤੇ ਕੁਦਰਤ ਨੇ ਕਹਿਟ ਆਇਆ ਸੀ, ਉੱਥੇ ਇਸ ਸਾਲ ਜੰਮੂ ਕਸ਼ਮੀਰ ਵਿੱਚ ਕਈ ਦਹਾਕਿਆਂ ਦੇ ਮਗਰੋਂ ਤਬਾਹੀ ਦਾ ਭਿਆਨਕ ਮੰਜ਼ਰ ਪਸਰਿਆ ਹੋਇਆ। ਹਰ ਪਾਸੇ ਉਥਲ ਪੁਥਲ ਮਚੀ ਹੋਈ ਹੈ ਅਤੇ ਕੁਦਰਤੀ ਕਰੋਪੀ ਦੀ ਮਾਰ ਭਿਆਨਕ ਤਬਾਹੀ ਦੀਆਂ ਤਸਵੀਰਾਂ ਪੇਸ਼ ਕਰ ਰਹੀਆਂ ਨੇ। ਜੰਮੂ ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹ ਕਾਰਨ ਹੁਣ ਤੱਕ ਤਕਰੀਬਨ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੰਨਤ ਕਹੇ ਜਾਣ ਵਾਲਾ ਇਹ ਖੂਬਸੂਰਤ ਸੂਬਾ ਵਿਨਾਸ਼ ਦੇ ਸਾਏ ਹੇਠ ਹੈ। ਜੰਮੂ ਕਸ਼ਮੀਰ ਆਜ਼ਾਦੀ ਤੋਂ ਬਾਅਦ ਆਏ ਸਭ ਤੋਂ ਭਿਆਨਕ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ। ਭਾਰੀ ਬਾਰਿਸ਼ ਦੇ ਕਾਰਨ ਆਏ ਹੜ੍ਹਾਂ ਵਿੱਚ ਸੈਂਕੜੇ ਪਿੰਡ ਪਾਣੀ ਨਾਲ ਤਬਾਹ ਹੋ ਚੁੱਕੇ ਨੇ, ਜਦਕਿ ਜੰਮੂ ਕਸ਼ਮੀਰ ਦੇ ਕਈ ਇਲਾਕੇ ਹਾਲੇ ਵੀ ਇਸ ਤਬਾਹੀ ਦਾ ਸਾਹਮਣਾ ਕਰ ਰਹੇ ਨੇ। ਬੀਤੇ ਦਿਨੀ ਚੜ੍ਹਦੀ ਕਲਾ ਟਾਈਮ ਟੀਵੀ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦਰਦੀ ਅਤੇ ਅਨੁਰਾਗ ਸ਼ਰਮਾ ਦੀ ਅਗਵਾਈ ਵਿੱਚ ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਨੇ ਵੀ ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਜਿਹੜਾ ਕੋਈ 1 ਕਿਲੋਮੀਟਰ ਅਸੀਂ ਅੰਦਰ ਤੋਂ ਚੱਲ ਕੇ ਆ ਰਹੇ ਹਾਂ ਮਿੰਟੂ ਸਰਕਲ ਕਾਲਨੀ, ਫਰੈਂਡਸ ਕਾਲਨੀ ਤੋਂ। ਇਹ ਬੱਚੇ ਉੱਥੇ ਦਿਨ ਦਿਨ ਤੋਂ ਫਸੇ ਹੋਏ ਆ। ਇਹ ਦੇਖੋ ਜੀ, ਸਾਡੇ ਘਰ ਦੇ ਅੰਦਰ 1-1 ਮੰਜ਼ਿਲ ਤੱਕ ਜਿਹੜਾ ਪਾਣੀ ਹੈ ਖਿੜਕੀਆਂ ਦੇ ਉੱਪਰ ਤੱਕ ਆਇਆ ਹੈ। ਹੁਣ ਥੋੜ੍ਹਾ ਪਾਣੀ ਉਤਰਿਆ, ਅੰਦਰ ਮਲ ਵੀ ਹੋਰ ਸਾਨੂੰ ਜ਼ਰੂਰ ਦਵਾਈਆਂ ਦੀ ਹੈ, ਫਰੈਸ਼ ਵਾਟਰ ਦੀ ਹੈ, ਤਾਂ ਕਿ ਡਰਿੰਕਿੰਗ ਵਾਟਰ ਜਿਹੜਾ ਹੈ ਉਹ ਸਾਈਡ ਤੱਕ ਪਹੁੰਚਾਇਆ ਜਾਏ। ਸਾਡੇ ਉੱਥੇ ਕੁਝ ਲੋਕ ਨੇ ਜਿਹੜੇ ਬਿਮਾਰ ਨੇ, ਉਹਨਾਂ ਨੂੰ ਸਟੋਮਕ ਪੇਨ ਹੋ ਚੁੱਕਿਆ ਹੈ, ਤਾਂ ਹੋਰ ਇਸ ਤੋਂ ਬਾਅਦ ਜਿਹੜਾ ਇਸ ਦੇ ਜਿਹੜੀ ਡਿਜ਼ੀਜ਼ ਦਾ ਖਤਰਾ ਵੀ ਹੈ ਉਸ ਦੇ ਬਾਰੇ ਵੀ ਸੋਚਣਾ ਚਾਹੀਦਾ, ਤਾਂ ਕਿ ਸਾਨੂੰ ਇਮੀਜੀਏਟ ਤੋਂ ਇਮੀਜੀਏਟ ਅੰਦਰ ਤੱਕ, ਗਲੀਆਂ ਤੱਕ ਜਿਹੜੇ ਲੋਕਾਂ ਨੂੰ ਸਹਾਇਤਾ ਦੀ ਜ਼ਰੂਰਤ ਹੈ ਉਹ ਪਹੁੰਚ ਸਕੇ। ਬਹੁਤ ਬੱਤਰ ਹਾਲਾਤ ਨੇ ਜੀ, ਤੁਸੀਂ ਦੇਖ ਸਕਦੇ ਹੋ ਕਿੰਨੇ ਛੋਟੇ ਛੋਟੇ ਬੱਚੇ ਵੀ ਅੰਦਰ ਫਸੇ ਹੋਏ ਨੇ। ਇਹਨਾਂ ਦੀ ਮੰਨੀਏ ਤਾਂ ਹਜੇ ਅੰਦਰ ਬਹੁਤ ਜ਼ਿਆਦਾ ਲੋਕ ਫਸੇ ਹੋਏ ਨੇ ਜੋ ਕਿ ਬਿਮਾਰ ਨੇ ਇਸ ਟਾਈਮ। ਇਹ ਆਪਣੀ ਹਿੰਮਤ ਕਰਕੇ ਨਿਕਲ ਚੁੱਕੇ ਨੇ, ਕੁਝ ਬਜ਼ੁਰਗ ਇਹਨਾਂ ਦੇ ਜਿਹੜੇ ਬਿਮਾਰ ਨੇ, ਸਟਮਕ ਪ੍ਰੋਬਲਮ ਹੋ ਚੁੱਕੀ ਹੈ ਉਹਨਾਂ ਨੂੰ, ਇਨਫੈਕਸ਼ਨ ਦਾ ਖਤਰਾ ਹੈ, ਉਹ ਅੰਦਰ ਫਸੇ ਹੋਏ ਨੇ। ਬਾਰ ਬਾਰ ਹਰ ਬੰਦਾ ਇਹੀ ਗੁਹਾਰ ਲਗਾ ਰਿਹਾ ਕਿ ਜਲਦ ਤੋਂ ਜਲਦ ਲੋਕਾਂ ਨੂੰ ਘਰਾਂ ਚੋਂ ਕੱਢਿਆ ਜਾਵੇ, ਕਿਉਂਕਿ 4-5 ਦਿਨ ਹੋ ਚੁੱਕੇ ਲਗਾਤਾਰ ਪਾਣੀ ਖੜੇ ਨੂੰ, ਉਸ ਨਾਲ ਬਹੁਤ ਜ਼ਿਆਦਾ ਪ੍ਰੋਬਲਮਸ ਵੱਧ ਜਾਂਦੀਆਂ। ਸੋ ਅਸੀਂ ਬਾਰ ਬਾਰ ਇਹੀ ਰਿਕੁਐਸਟ ਕਰਦੇ ਹਾਂ, ਇਹੀ ਦਰਖਾਸਤ ਕਰਦੇ ਹਾਂ ਕਿ ਜਲਦ ਤੋਂ ਜਲਦ ਲੋਕਾਂ ਨੂੰ ਕੱਢਣ ਦਾ ਇੰਤਜ਼ਾਮ ਕੀਤਾ ਜਾਏ। ਜੰਮੂ ਕਸ਼ਮੀਰ ਵਿੱਚ ਆਏ ਭਿਆਨਕ ਹੜ੍ਹ ਕਾਰਨ ਹੁਣ ਤੱਕ ਤਕਰੀਬਨ ਸੈਂਕੜੇ ਲੋਕਾਂ ਦੀ ਜਾਨ ਜਾ ਚੁੱਕੀ ਹੈ। ਜੰਨਤ ਕਿਹਾ ਜਾਣ ਵਾਲਾ ਇੱਕ ਖੂਬਸੂਰਤ ਸੂਬਾ ਵਿਨਾਸ਼ ਦੇ ਸਾਏ ਹੇਠ ਹੈ। ਜੰਮੂ ਕਸ਼ਮੀਰ ਆਜ਼ਾਦੀ ਤੋਂ ਬਾਅਦ ਆਏ ਸਭ ਤੋਂ ਭਿਆਨਕ ਹੜ੍ਹਾਂ ਦੇ ਨਾਲ ਜੂਝ ਰਿਹਾ ਹੈ। ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਵਿੱਚ ਸੈਂਕੜੇ ਪਿੰਡ ਪਾਣੀ ਨਾਲ ਤਬਾਹ ਹੋ ਚੁੱਕੇ ਨੇ, ਜਦਕਿ ਜੰਮੂ ਕਸ਼ਮੀਰ ਦੇ ਕਈ ਇਲਾਕੇ ਹਾਲੇ ਵੀ ਇਸ ਤਬਾਹੀ ਦੇ ਨਾਲ ਜੂਝ ਰਹੇ ਨੇ। ਮੇਰਾ ਨੁਕਸਾਨ ਬਹੁਤ ਹੋ ਗਿਆ, ਸਾਡਾ ਮਕਾਨ ਪੂਰਾ ਦਾ ਪੂਰਾ ਡੈਮੇਜ ਹੈਗਾ, ਅਤੇ ਹੁਣ ਜਿਹੜਾ ਬੱਚਾ ਖੁਚਾ ਸਮਾਨ ਹੈਗਾ ਉਹ ਅਸੀਂ ਕੱਢ ਰਹੇ ਹੈਗੇ, ਅਤੇ ਸਮਾਨ ਮਕਾਨ ਦਾ ਸਾਰਾ ਦੇਖੋ ਤੁਸੀਂ ਦੇਖ ਰਹੇ ਹੋ, ਇਹ ਸਾਰਾ ਡਿੱਗਿਆ, ਪੂਰਾ ਡਿਸਟਰੋਏ ਹੈਗਾ, ਸਾਰਾ ਖਤਮ। ਭਿਆਨਕ ਤਰਾਸਦੀ ਦੇ ਪ੍ਰਕੋਪ ਨੇ ਹੁਣ ਤੱਕ ਲੱਖਾਂ ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ। ਲੋਕ ਆਪਣੇ ਘਰ ਬਾਰ ਛੱਡ ਕੇ ਸੁਰੱਖਿਅਤ ਜਗ੍ਹਾ ਤੇ ਜਾਣ ਲਈ ਮਜਬੂਰ ਹੋ ਗਏ ਨੇ। ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਇਸ ਵਾਰ ਦੀ ਬਾਰਿਸ਼ ਜੰਮੂ ਕਸ਼ਮੀਰ ਦੇ ਲੋਕਾਂ ਦੀ ਜ਼ਿੰਦਗੀ ਤੇ ਕਹਿਰ ਬਣ ਕੇ ਟੁੱਟੇਗੀ। ਭਾਵੇਂ ਕਿ ਲੱਖਾਂ ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਪਰ ਅਜੇ ਵੀ ਲੱਖਾਂ ਲੋਕ ਮਦਦ ਦੀ ਉਡੀਕ ਕਰ ਰਹੇ ਨੇ।
ਜਿਸ ਤਰ੍ਹਾਂ ਕਿ ਤੁਸੀਂ ਇੱਥੇ ਵੇਖ ਰਹੇ ਹੋ ਕਿ ਗੁਰਦੁਆਰਾ ਸ਼ਹੀਦ ਬੁੰਗਾ ਸਾਹਿਬ ਬਰਜ਼ੱਲਾ ਵਿਖੇ ਜਿਹੜਾ ਰਿਲੀਫ ਕੈਂਪ ਹੈ, ਇੱਥੇ ਦੀ ਕਮੇਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਜਿਹੜਾ ਉਹਨਾਂ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਹਨਾਂ ਦੀ ਹੀ ਇੱਕ ਸ਼ਾਖ ਜਿਹੜੀ ਹੈ, ਅਸੀਂ ਪਿੰਡ ਹੀ ਉਡਰ ਜਿਹੜਾ ਹੈ ਬੜਗਾਮ ਵਿਖੇ ਵੀ ਅਸੀਂ ਲਗਭਗ ਕੋਈ 37 ਜਿਹੜੇ ਪਰਿਵਾਰ ਨੇ ਇੱਥੋਂ ਤੋਂ ਲੈ ਕੇ ਗਏ ਹਾਂ ਅਤੇ ਲਗਭਗ ਉਹਨਾਂ ਦੀ ਜਿਹੜੀ ਤਾਦਾਦ ਹੈ 150 ਦੇ ਕਰੀਬ ਹੈ। ਉਹਨਾਂ ਦੀ ਦੇਖਭਾਲ ਜਿਹੜੀ ਹੈ ਸਾਡੇ ਉੱਥੇ ਕੈਂਪ ਵਿੱਚ ਹੋ ਰਹੀ ਹੈ। ਇਹਦੇ ਅਸੀਂ ਧੰਨਵਾਦ ਕਰਾਂਗੇ ਸ਼੍ਰੋਮਣੀ ਕਮੇਟੀ ਦਾ ਵੀ, ਨਾਲ ਇੱਥੋਂ ਬੜਗਾਮ ਡਿਸਟ੍ਰਿਕਟ ਦੀ ਕਮੇਟੀ ਦਾ ਵੀ, ਜਿਨ੍ਹਾਂ ਨੇ ਸਾਨੂੰ ਰਾਸ਼ਨ ਜਿਹੜਾ ਹੈ ਇੱਥੋਂ ਦਿੱਤਾ ਤਾਂ ਕਿ ਅਸੀਂ ਉਹਨਾਂ ਦੀ ਦੇਖਭਾਲ ਉਸ ਉਹਨਾਂ ਜਿਹੜੇ ਸ਼ਰਧਾਰਤ ਨੇ ਪੀੜਿਤ ਹੜ੍ਹ ਦੇ ਨਾਲ ਪੀੜਿਤ ਨੇ ਉਹਨਾਂ ਦੀ ਅਸੀਂ ਦੇਖਭਾਲ ਉੱਥੇ ਕਰ ਰਹੇ ਹਾਂ। ਚੜ੍ਹਦੀ ਕਲਾ ਟਾਈਮ ਟੀਵੀ ਦੀ ਟੀਮ ਵੱਲੋਂ ਸ੍ਰੀਨਗਰ ਦੇ ਏਅਰਪੋਰਟ 'ਤੇ ਵੀ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਬਚ ਕੇ ਆਏ ਲੋਕਾਂ ਦੇ ਨਾਲ ਗੱਲਬਾਤ ਕੀਤੀ ਗਈ। ਇਸ ਮੌਕੇ ਚੜ੍ਹਦੀ ਕਲਾ ਟਾਈਮ ਟੀਵੀ ਚੈਨਲ ਦੇ ਡਾਇਰੈਕਟਰ ਹਰਪ੍ਰੀਤ ਸਿੰਘ ਦੱਦੀ ਨੇ ਖੁਦ ਆਪ ਲੋਕਾਂ ਦੇ ਨਾਲ ਰਾਬਤਾ ਕਾਇਮ ਕੀਤਾ। ਜਿੰਨੇ ਵੀ ਇਹ ਫਸੇ ਹੋਏ ਸਨ ਮਜ਼ਦੂਰ ਬਾਹਰੋਂ ਆਏ ਹੋਏ ਹਨ, ਕਹਾਂ ਸੇ ਆਏ ਹੋਏ ਹੋ? ਸ੍ਰੀਨਗਰ ਸੇ। ਆਪ ਸ੍ਰੀਨਗਰ ਸੇ ਆਏ ਹੈਂ? ਜੀ ਹਾਂ ਜੀ। ਕਹਾਂ ਜਾ ਰਹੇ ਹੋ? ਮੈਂ ਜਾ ਰਹਾ ਬਿਹਾਰ। ਆਪ ਕਹਾਂ ਜਾ ਰਹੇ ਹੋ? ਦਿੱਲੀ। ਇਹ ਆਪਕੋ ਇੰਡੀਗੋ ਏਅਰਲਾਈਨ ਕੀ ਤਰਫ ਸੇ ਫ੍ਰੀ ਟਿਕਟ ਦੀ ਗਈ ਹੈ? ਆਪਕੀ ਜਾਨ ਬਚਾਈ ਗਈ ਹੈ? ਇੰਡੀਗੋ ਏਅਰਲਾਈਨ ਕੀ ਤਰਫ ਸੇ ਫ੍ਰੀ ਟਿਕਟ ਆਪਕੋ ਦੀ ਗਈ? ਜਾਨ ਬਚਾਈ ਗਈ। ਕਿਤਨੇ ਜਣੇ ਹੈ ਸਰ? ਕਿਤਨੇ ਜਣੇ ਹੋ ਆਪ? ਹਮ ਲੋਗ ਤੀਸ ਲੋਕ ਕੋ ਆਜ ਫ੍ਰੀ ਟਿਕਟ ਸੇ ਦਿੱਲੀ ਭੇਜਾ ਜਾ ਰਹਾ ਹੈ। ਦਿੱਲੀ ਭੇਜਾ ਜਾ ਰਿਹਾ ਹੈ। ਹਾਂ ਜੀ ਹਾਂ ਜੀ। ਤੋ ਆਪ ਇੰਡੀਗੋ ਏਅਰਲਾਈਨ ਕਾ ਧੰਨਵਾਦ ਕਰਤੇ ਹੈ। ਭਾਰੀ ਬਾਰਿਸ਼ ਦੇ ਨਾਲ ਜੰਮੂ ਕਸ਼ਮੀਰ ਵਿੱਚ ਹੋਏ ਨੁਕਸਾਨ ਨੇ ਉੱਥੋਂ ਦੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਆਓ ਤੁਹਾਨੂੰ ਦਿਖਾਉਂਦੇ ਹਾਂ ਇਸ ਭਿਆਨਕ ਮੰਜ਼ਰ ਦੀਆਂ ਕੁਝ ਹੋਰ ਤਸਵੀਰਾਂ ਕਿ ਕਿਸ ਤਰ੍ਹਾਂ ਪਾਣੀ ਲੋਕਾਂ ਦੇ ਲਈ ਖਤਰਾ ਸਾਬਤ ਹੋਇਆ ਅਤੇ ਲੋਕ ਆਪਣੇ ਘਰ ਬਾਰ ਛੱਡ ਕੇ ਰਾਹਤ ਕੈਂਪਾਂ ਦੇ ਵਿੱਚ ਦਿਨ ਕੱਟਣ ਦੇ ਲਈ ਮਜਬੂਰ ਨੇ। ਇੰਨੀ ਭਿਆਨਕ ਤਬਾਹੀ ਦੇ ਆਲਮ 'ਚੋਂ ਗੁਜ਼ਰੇ ਜੰਮੂ ਕਸ਼ਮੀਰ ਦੇ ਬਚਾਓ ਕਾਰਜਾਂ ਦੇ ਵਿੱਚ ਪਹਿਲੀ ਵਾਰ ਭਾਰਤੀ ਜਲ ਸੈਨਾ ਦੇ ਜਵਾਨ ਰਾਹਤ ਕਾਰਜ ਵਿੱਚ ਲਗਾਏ ਗਏ ਨੇ। ਇਸ ਤਰਾਸਦੀ ਵਿੱਚ ਜਿੱਥੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣਾ ਪਿਆ, ਉੱਥੇ ਹੀ ਹੜ੍ਹ ਦੇ ਪਾਣੀ ਨਾਲ ਵਿਕਾਸੀ ਪੱਧਰ 'ਤੇ ਕਾਫੀ ਤਬਾਹੀ ਹੋਈ ਹੈ। ਕਈ ਥਾਈਂ ਪੁਲ ਟੁੱਟ ਜਾਣ ਕਾਰਨ ਲੋਕਾਂ ਤੱਕ ਰਾਹਤ ਸਮੱਗਰੀ ਪਹੁੰਚਾਉਣ ਲਈ ਵੀ ਫੌਜ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੰਮੂ ਕਸ਼ਮੀਰ ਵਿੱਚ ਹੜ੍ਹਾਂ ਕਾਰਨ ਵਾਦੀ ਦੀ ਆਰਥਿਕਤਾ ਦਾ ਵੀ ਵੱਡਾ ਨੁਕਸਾਨ ਹੋਇਆ, ਜਿਸ 'ਤੇ ਕਰੀਬ 5 ਤੋਂ 6 ਹਜ਼ਾਰ ਕਰੋੜ ਖਰਚ ਹੋਣ ਦੀ ਸੰਭਾਵਨਾ ਹੈ। ਹੜ੍ਹਾਂ ਦੇ ਕਾਰਨ ਹੋਈ ਭਾਰੀ ਤਬਾਹੀ ਦੇ ਵਿੱਚ ਵਪਾਰ, ਹੋਟਲ, ਰੇਸਤਰਾ, ਬਾਗਬਾਨੀ ਅਤੇ ਦਸਤਕਲਾ ਉਦਯੋਗ ਨੂੰ ਖਾਸਾ ਨੁਕਸਾਨ ਝੱਲਣਾ ਪਿਆ, ਜਿਸ ਦੇ ਵਿੱਚ ਰਾਜ ਦੇ ਖੇਤੀ, ਹੋਟਲ, ਵਪਾਰ, ਸੜਕਾਂ ਅਤੇ ਪੁਲਾਂ ਦਾ 2630 ਕਰੋੜ ਨੁਕਸਾਨ ਜਤਾਇਆ ਜਾ ਰਿਹਾ। ਹੜ੍ਹਾਂ ਦੇ ਕਾਰਨ ਇਕੱਲੇ ਜੰਮੂ ਇਲਾਕੇ ਵਿੱਚ 2500 ਤੋਂ ਵੱਧ ਸੜਕਾਂ ਅਤੇ 163 ਛੋਟੇ ਪੁਲਾਂ ਨੂੰ ਨੁਕਸਾਨ ਪਹੁੰਚਿਆ। ਇਸ ਤੋਂ ਇਲਾਵਾ ਪਹਾੜੀ ਖੇਤਰਾਂ ਵਿੱਚ ਰੇਲਵੇ ਸੰਚਾਰ ਅਤੇ ਪਾਵਰ ਨੂੰ ਵੀ 2700 ਤੋਂ 3000 ਕਰੋੜ ਦੇ ਨੁਕਸਾਨ ਦਾ ਅੰਦਾਜ਼ਾ ਲਗਾਇਆ ਜਾ ਰਿਹਾ। ਕੁੱਲ ਮਿਲਾ ਕੇ ਵਾਦੀ 'ਚ ਹੋਈ ਭਾਰੀ ਤਬਾਹੀ ਨੇ ਜਨ ਜੀਵਨ ਦੇ ਨਾਲ ਬੁਨਿਆਦੀ ਢਾਂਚੇ ਨੂੰ ਵੀ ਬੁਰੀ ਤਰ੍ਹਾਂ ਦੇ ਨਾਲ ਮਾਤ ਦਿੱਤੀ ਹੈ। ਹਮ ਯਹਾਂ ਪਰ ਆਏ ਹੈ ਸਪੈਸ਼ਲ ਡਿਊਟੀ ਪਰ ਰੈਸਕਿਊ ਆਪਰੇਸ਼ਨਸ ਕੋ ਹੈਲਪ ਕਰਨੇ ਕੇ ਲੀਏ ਔਰ ਯਹਾਂ ਪਰ ਕਮਿਊਨੀਕੇਸ਼ਨ ਵਗੈਰਾ ਜੋ ਡਿਸਰਪਟ ਹੁਆ ਉਸਕੋ ਵੀ ਹਮ ਹਮਾਰੇ ਲੋਕ ਆਏ ਹੈ ਉਹ ਕਿ ਇਸਕੋ ਮਤਲਬ ਵੀ ਕਰੇਂਗੇ ਔਰ ਹਰ ਚੀਜ਼ ਮੇਂ ਰੈਸਕਿਊ ਆਪਰੇਸ਼ਨਸ ਮੇਂ ਹੈਲਪ ਕਰੇਂਗੇ। ਇਸ ਵਕਤ ਅਸੀਂ ਖੜ੍ਹੇ ਹਾਂ ਸ੍ਰੀਨਗਰ ਏਅਰਪੋਰਟ ਦੇ ਉੱਤੇ ਅਤੇ ਮੇਰੇ ਨਾਲ ਸ਼੍ਰੀ ਰਾਜੇਸ਼ ਸ਼ਿੰਦੇ ਜੀ ਜੋ ਏਅਰਪੋਰਟ ਦੇ ਡਾਇਰੈਕਟਰ ਹਨ ਉਹ ਖੜ੍ਹੇ ਹਨ। ਇੱਥੇ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਵੀ
ਏਅਰਪੋਰਟ ਹੀ ਇੱਕ ਐਸੀ ਚੀਜ਼ ਹੈ ਜਿੱਥੇ ਥਾਂ ਹੈ ਜਿੱਥੇ ਸਾਰੀਆਂ ਫਲਾਈਟਸ ਦੇ ਥਰੂ ਫਲਾਈਟਸ ਇੱਥੇ ਆ ਰਹੀਆਂ ਹਨ ਅਤੇ ਪੂਰਾ ਕੰਟਰੀ ਫਲਾਈਟਸ ਦੇ ਥਰੂ ਹੀ ਇੱਥੇ ਜੁੜਿਆ ਹੋਇਆ ਕਿਉਂਕਿ ਰੋਡ ਸਰਵਿਸ ਰੋਡ ਟਰਾਂਸਪੋਰਟ ਬਿਲਕੁਲ ਬੰਦ ਹੈ ਕਸ਼ਮੀਰ ਵੈਲੀ ਵਿੱਚ ਪਹੁੰਚਣ ਲਈ ਅਤੇ ਜਿੰਨੀ ਵੀ ਰਾਹਤ ਸਮੱਗਰੀ ਆ ਰਹੀ ਹੈ ਜਾਂ ਜਿੰਨੇ ਵੀ ਇੱਥੋਂ ਹੜ੍ਹ ਪੀੜਤ ਲੋਕ ਨੇ ਉਹਨਾਂ ਨੂੰ ਇੱਥੋਂ ਕੱਢਿਆ ਜਾ ਰਿਹਾ ਹੈ ਉਹ ਬਾਈ ਏਅਰ ਹੀ ਸਿਰਫ ਪੋਸੀਬਲ ਹੋ ਪਾ ਰਿਹਾ ਅਤੇ ਜੇ ਏਅਰਪੋਰਟ ਨਾ ਹੁੰਦੇ ਜਾਂ ਏਅਰਪੋਰਟ ਸਟਾਫ ਨਾ ਹੁੰਦਾ ਇਹ ਸਾਰਾ ਕੁਝ ਪੋਸੀਬਲ ਨਹੀਂ ਸੀ। ਸ਼ਿੰਦੇ ਜੀ ਆਪ ਬਤਾਏਂਗੇ ਵੀ ਕਿਉਂਕਿ ਸਾਰਾ ਜੋ ਵੇਟ ਹੈ ਜੋ ਬਰਡਨ ਹੈ ਉਹ ਏਅਰਪੋਰਟ ਅਥਾਰਟੀ ਕੇ ਉੱਪਰ ਆਪਕੇ ਉੱਪਰ ਸਾਰਾ ਕਿਉਂਕਿ ਆਪ ਡਾਇਰੈਕਟਰ ਹੈ ਏਅਰਪੋਰਟ ਕੇ ਉਸਕੇ ਉੱਪਰ ਆ ਗਿਆ ਕਿਉਂਕਿ ਜਿਤਨੀ ਰਾਹਤ ਸਮੱਗਰੀ ਵੀ ਆ ਰਹੀ ਹੈ ਉਹ ਥਰੂ ਬਾਈ ਏਅਰ ਆ ਰਹੀ ਹੈ ਜਿਤਨੇ ਵਿਕਟਿਮਸ ਹੈ ਜਾਂ ਜਿਤਨੇ ਵੀ ਲੋਕ ਹੈ ਜਿਨਕੋ ਬਜਾ ਕਰ ਲੇਕਰ ਜਾ ਰਹੇ ਫਰੀ ਟਿਕਟਸ ਦੀ ਜਾ ਰਹੀ ਹੈ ਨਿਕਾਲਨੇ ਕੇ ਲੀਏ ਬਹੁਤ ਸਾਰਾ ਵੀ ਯਹਾਂ ਪਰ ਆ ਰਹਾ ਹੈ ਔਰ ਇਤਨਾ ਸਟਾਫ ਵੀ ਕਿਉਂਕਿ ਉਨਕੇ ਘਰ ਬਾਰ ਵੀ ਪਾਣੀ ਮੇਂ ਡੁਬੇ ਹੋਏ ਕੈਸੇ ਸਾਰਾ ਮੈਨੇਜ ਹੋ ਰਹਾ ਹੈ। ਯਹਾਂ ਪੇ ਜੋ ਵੀ ਰਾਹਤ ਸਮੱਗਰੀ ਆ ਰਹੀ ਹੈ ਦੋ ਜਗ੍ਹਾ ਆ ਰਹੀ ਹੈ ਇੱਕ ਏਅਰਫੋਰਸ ਪ੍ਰੀਮਾਈਸਿਸ ਮੈਂ ਆ ਰਹੀ ਹੈ ਔਰ ਕਮਰਸ਼ੀਅਲ ਫਲਾਈਟ ਸੇ ਏਅਰਪੋਰਟ ਪ੍ਰੀਮਾਈਸਿਸ ਮੈਂ ਆ ਰਹੀ ਹੈ। ਹਮਾਰੇ ਪਾਸ ਮੈਂ ਸ੍ਰੀਨਗਰ ਏਅਰਪੋਰਟ ਪੇ ਜੋ ਵੀ ਰਾਹਤ ਸਮੱਗਰੀ ਆ ਰਹੀ ਹੈ ਕਾਰਗੋ ਕੇ ਮਾਧਿਅਮ ਸੇ ਉਸਕੋ ਹਮ ਜਿਸਕੇ ਵੀ ਨਾਮ ਸੇ ਕੰਸਾਈਨਮੈਂਟ ਹੈ ਉਸਕੋ ਡਿਲੀਵਰੀ ਦੇ ਰਹੇ ਹੈ ਔਰ ਜੋ ਨੀਡੀ ਪਰਸਨਸ ਹੈ ਜੋ ਅਫੈਕਟਿਡ ਲੋਕ ਹੈ ਉਨ ਤੱਕ ਕੇ ਉਹ ਪਹੁੰਚਾਇਆ ਜਾ ਰਹਾ ਹੈ। ਜਹਾਂ ਤੱਕ ਕਿ ਏਅਰਪੋਰਟ ਆਪਰੇਸ਼ਨਸ ਕਾ ਸਵਾਲ ਹੈ ਭਾਰਤੀ ਵਿਮਾਨ ਪਤਨ ਪ੍ਰਾਧਿਕਰਨ ਦੁਆਰਾ ਏਅਰਪੋਰਟ ਕੰਟੀਨਿਊਸ ਚਾਲੂ ਰੱਖਾ ਗਿਆ ਹੈ ਸਭੀ ਸੁਵਿਧਾਏ ਯਹਾਂ ਉਪਲਬਧ ਹੈ। ਹਮ ਲੋਕ ਏਅਰਪੋਰਟ ਅਥਾਰਟੀ ਕੀ ਤਰਫ ਸੇ ਪੈਸੇਂਜਰਸ ਕੇ ਲੀਏ ਹੈਲਪ ਡੈਸਕ ਓਪਨ ਕੀਆ ਹੈ ਇੱਕ ਇਮਰਜੈਂਸੀ ਕੰਟਰੋਲ ਰੂਮ ਓਪਨ ਕੀਆ ਹੈ ਜਹਾਂ ਸੇ ਸਭ ਇਨਫੋਰਮੇਸ਼ਨ ਦੀ ਜਾ ਰਹੀ ਹੈ ਔਰ 24 ਆਵਰਸ ਹੈ ਯੇ ਹੈਲਪ ਡੈਸਕ ਕੇ ਨੰਬਰ ਹਮਨੇ ਡਿਸਪਲੇ ਕਰਾਇਆ ਹੈ ਪੈਸੇਂਜਰੋ ਕੇ ਲੀਏ ਫਰੀ STD ਸੁਵਿਧਾ ਯਹਾਂ ਦੀ ਹੈ ਔਰ ਰਾਤ ਮੇਂ ਜੋ ਪੈਸੇਂਜਰ ਯਹਾਂ ਰੁਕਨਾ ਪੜ ਰਹਾ ਹੈ ਉਨਕੇ ਲੀਏ ਹਮਨੇ ਰੈਸਟ ਰੂਮ ਅਰੇਂਜ ਕੀਆ ਹੈ ਕੰਬਲ ਦੇ ਰਹੇ ਹੈ ਖਾਣਾ ਦੇ ਰਹੇ ਹੈ ਪੈਸੇਂਜਰਸ ਕੋ ਟਰਮੀਨਲ ਬਿਲਡਿੰਗ ਕੇ ਅੰਦਰ ਪਾਣੀ ਦੇ ਰਹੇ ਹੈ ਬਿਸਕਿਟ ਦੇ ਰਹੇ ਜਿਤਨੀ ਮਦਦ ਹਮ ਕਰ ਸਕਤੇ ਹੈ ਹਮਾਰੇ ਪਾਸ ਬਹੁਤ ਕਮ ਸੇ ਕਮ ਸਟਾਫ ਹੈ ਉਸਕੇ ਸਾਥ ਮੇਂ ਵੀ ਹਮ ਜੋ ਯਹਾਂ ਮਦਦ ਕਰ ਸਕ ਰਹੇ ਹੈ ਰਾਊਂਡ ਦ ਕਲਾਕ ਵੋ ਕਰ ਰਹੇ ਹੈ। ਜਹਾਂ ਤੱਕ ਕਿ ਐਕਸਟਰਾ ਫਲਾਈਟਸ ਕਾ ਸਵਾਲ ਹੈ ਏਅਰ ਇੰਡੀਆ ਦੁਆਰਾ ਐਕਸਟਰਾ ਫਲਾਈਟਸ ਜੋ ਹੈ ਮਿਨਿਸਟਰੀ ਆਫ ਸਿਵਲ ਏਵੀਏਸ਼ਨ ਕੇ ਡਾਇਰੈਕਸ਼ਨਸ ਪੇ ਚਾਲੂ ਕਰ ਦੀ ਗਈ ਹੈ ਔਰ ਸਭੀ ਕਾਫੀ ਲੋਗੋ ਕੋ ਯਹਾਂ ਸੇ ਅਰਾਊਂਡ ਪਰ ਡੇ 2 ਫਲਾਈਟਸ ਜਾਰੀ ਹੈ ਔਰ ਫਰੀ ਆਫ ਕੋਸਟ ਉਨਕੋ ਲੈ ਕੇ ਜਾ ਰਹੇ ਹੈ ਉਨਕੇ ਲੀਏ ਇੱਕ ਸਟੇਟ ਕੇ ਤਰਫ ਸੇ ਨੋਡਲ ਅਧਿਕਾਰੀ ਹੈ ਔਰ ਉਨਸੇ ਪ੍ਰੋਪਰ SOP ਕਰਕੇ ਪ੍ਰੋਪਰ ਕੋਆਰਡੀਨੇਸ਼ਨ ਕਰਕੇ ਸਭ ਕੋ ਯਹਾਂ ਸੇ ਲੈ ਕੇ ਜਾ ਰਹੇ ਹੈ। ਗੁਰਮੀਤ ਸਿੰਘ ਜੀ ਆਪ ਗਰਾਊਂਡ ਲੈਵਲ ਪਰ ਕੰਮ ਕਰ ਰਹੇ ਹੈਂ ਹਾਂਜੀ ਗਰਾਊਂਡ ਲੈਵਲ ਪਰ ਬਹੁਤ ਮੁਸ਼ਕਲੇ ਆ ਰਹੀ ਹੋਗੀ ਟੈਕਲ ਕਰਨੇ ਮੇਂ ਜੋ ਲੋਕ ਪਾਣੀ ਸੇ ਬਚਕਰ ਕਿਸੀ ਨਾ ਕਿਸੇ ਢੰਗ ਸੇ ਏਅਰਪੋਰਟ ਤੱਕ ਪਹੁੰਚ ਗਏ ਹੈ ਤੋ ਕੈਸੀ 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 ਪ੍ਰੋਬਲਮਸ ਆਪਕੋ ਫੇਸ ਹੋ ਰਹੀ ਅਸੀਂ ਉਹਨਾਂ ਹਮ ਸਭਕੋ ਇਹ ਬਤਾ ਰਹੇ ਹੈ ਕਿ ਆਪ ਲੋਗੋਂ ਕੋ ਫਲਾਈਟ ਕੀ ਕਿਆ ਫੈਸਿਲਿਟੀ ਮਿਲੇਗੀ ਟਿਕਟਸ ਆਪਕੋ ਅਗਰ ਉਨਕੇ ਪਾਸ ਹੈ ਤੋ ਠੀਕ ਹੈ ਨਹੀਂ ਤੋ ਉਨਕੋ ਗਾਈਡ ਕੀਆ ਜਾ ਰਹਾ ਹੈ ਉਨਕੋ ਪਾਣੀ ਬਿਸਕਿਟਸ ਕਾ ਸ਼ੈਲਟਰ ਦਿਆ ਜਾ ਰਹਾ ਹੈ ਫਿਰ ਹਮ ਲੋਗ ਏਅਰਲਾਈਨਸ ਕੇ ਸਾਥ ਜਾ ਕੇ ਮਿਲ ਕੇ ਉਨਕੀ ਪ੍ਰੋਬਲਮ ਬਤਾਤੇ ਹੈ ਜੋ ਏਅਰਲਾਈਨਸ ਮੇਂ ਜੋ ਟਿਕਟ ਵਾਲੇ ਹੈ ਉਸਕੇ ਬਾਅਦ ਜੋ ਫਲਾਈਟ ਮੇਂ ਸੀਟੇ ਬਚ ਜਾਤੀ ਹੈ ਉਹ ਲੋਕ ਉਨਕੋ ਗਵਰਨਮੈਂਟ ਟਿਕਟ ਕਰ ਰਹੇ ਹੈ ਔਰ ਉਨਕੇ ਸਾਥ ਹੀ ਉਹ ਸਾਰੇ ਬੰਦੋਂ ਕੋ ਲੈ ਕੇ ਜਾਤੇ ਹੈ। ਆਪ ਰਿਕਮੈਂਡ ਕਰ ਰਹੇ ਹੈ ਜਿਨਕੋ ਫਰੀ ਏਅਰਲਾਈਨਸ ਵਾਲੇ ਸਾਰੇ ਬੱਚੇ ਲੇਡੀਜ਼ ਜੋ ਨੀਡੀ ਹੈ ਉਨਕੋ ਹਮ ਦੇਖਤੇ ਹੈ ਔਰ ਹਮ ਲੋਕ ਜਿਸਕੇ ਪਾਸ ਟਿਕਟ ਨਹੀਂ ਹੈ ਔਰ ਉਨਕੋ ਹਮ ਪੈਸੇ ਸੇ ਵੀ ਮਦਦ ਕਰ ਰਹੇ ਹੈ ਜੀ ਮੇਰੇ ਕੋ ਅਥਾਰਟੀ ਨੇ ਮਤਲਬ ਹਮ ਲੋਕੋਂ ਕੀ ਤਰਫ ਸੇ ਇੱਕ ਫੰਡ ਬਣਾਇਆ ਹਮਨੇ ਉਸਮੇਂ ਹਮ ਉਨਕੋ ਟਿਕਟਸ ਵੀ ਫਰੀ ਲੈ ਕੇ ਦੇ ਰਹੇ ਹੈ ਪਰ ਟਿਕਟ ਲੈ ਕੇ ਦੇਤੇ ਹੈ ਪੈਸਾ ਕਿਸੀ ਕੋ ਨਹੀਂ ਦੇਤੇ।
नहीं नहीं ठीक है, आप इतना ही सेवा कर रहे हैं, दिन रात लगे हैं, क्योंकि मेन बर्डन आपके ऊपर आ गया है सारा, एयरपोर्ट अथॉरिटी ऑफ इंडिया, ऑल फ्रॉम द एयरपोर्ट अथॉरिटी ऑफ इंडिया। थैंक यू वेरी मच सर, सो काइंड ऑफ यू जो आप इतना ह्यूमैनिटेरियन ग्राउंड पर, और ऑफिशियल तो आपकी जो ड्यूटी थी वो थी, उस ड्यूटी के बीच ऊपर भी सारा एयरपोर्ट अथॉरिटी ऑफ इंडिया बहुत कुछ काम कर रही है, आप काफ़ी मदद कर रहे हैं। थैंक यू वेरी मच, थैंक यू। कश्मीर श्रीनगर एयरपोर्ट तो हरप्रीत सिंह दर्दी, कैमरामैन रविकांत शर्मा के नाल। ਹੜ੍ਹਾਂ ਦੇ ਕਾਰਨ ਹੋਈ ਤਬਾਹੀ ਤੋਂ ਬਾਅਦ ਜਿੱਥੇ ਸਰਕਾਰ ਵੱਲੋਂ ਰਾਹਤ ਮੁਹਿੰਮ ਵਿੱਢੀ ਹੋਈ ਹੈ, ਉੱਥੇ ਵੱਖ ਵੱਖ ਸੰਸਥਾਵਾਂ ਵੀ ਆਪਣਾ ਸਹਿਯੋਗ ਦੇ ਰਹੀਆਂ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਚੜ੍ਹਦੀ ਕਲਾ ਟਾਈਮ ਟੀਵੀ ਸਮੇਤ ਹੋਰ ਵੀ ਵੱਖ ਵੱਖ ਸਹਿਯੋਗੀ ਸੰਸਥਾਵਾਂ ਰਾਹਤ ਸਮੱਗਰੀ ਭੇਜ ਰਹੀਆਂ ਨੇ। ਜੰਮੂ ਕਸ਼ਮੀਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਜਿੱਥੇ ਸਰਕਾਰ ਅਤੇ ਦੇਸ਼ ਦੀਆਂ ਵੱਖ ਵੱਖ ਸੰਸਥਾਵਾਂ ਦੇ ਵੱਲੋਂ ਰਾਹਤ ਸਮੱਗਰੀ ਪਹੁੰਚਾਈ ਜਾ ਰਹੀ ਹੈ, ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਚੜ੍ਹਦੀ ਕਲਾ ਟਾਈਮ ਟੀਵੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਬਾਬਾ ਦੀਪ ਸਿੰਘ ਸੇਵਾ ਸੁਸਾਇਟੀ ਅਤੇ ਪਿਕਸ ਆਟੋ ਗਰੁੱਪ ਕਸ਼ਮੀਰ ਵੱਲੋਂ ਵੀ ਰਾਹਤ ਸਮੱਗਰੀ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾ ਰਿਹਾ ਹੈ। ਰਾਹਤ ਸਮੱਗਰੀ ਦੀ ਖੇਪ ਵਿੱਚ ਕੰਬਲ, ਦਵਾਈਆਂ, ਖਾਣ ਪੀਣ ਦੀਆਂ ਵਸਤਾਂ ਅਤੇ ਹੋਰ ਜ਼ਰੂਰਤ ਦੀਆਂ ਚੀਜ਼ਾਂ ਹੜ੍ਹ ਪ੍ਰਭਾਵਿਤ ਲੋਕਾਂ ਲਈ ਭੇਜੀਆਂ ਜਾ ਰਹੀਆਂ ਨੇ। ਸਥਾਨਕ ਗੁਰਦੁਆਰਾ ਸਾਹਿਬਾਨਾਂ ਵਿੱਚ ਲੰਗਰ ਲਗਾਏ ਜਾ ਰਹੇ ਨੇ, ਜਿੱਥੇ ਸੰਗਤਾਂ ਵੱਲੋਂ ਵੱਧ ਚੜ ਕੇ ਸੇਵਾ ਕੀਤੀ ਜਾ ਰਹੀ ਹੈ। ਚੜ੍ਹਦੀ ਕਲਾ ਟਾਈਮ ਟੀਵੀ ਵੱਲੋਂ ਭੇਜੀ ਜਾ ਰਹੀ ਇਹ ਸਾਰੀ ਰਾਹਤ ਸਮੱਗਰੀ ਜੰਮੂ ਕਸ਼ਮੀਰ ਪਹੁੰਚਾਉਣ ਦੇ ਲਈ ਇੰਡੀਗੋ ਏਅਰਲਾਈਨਸ ਵੱਲੋਂ ਵੀ ਬਿਨਾਂ ਕਿਸੇ ਲਾਲਚ ਤੋਂ ਆਪਣਾ ਵਿਸ਼ੇਸ਼ ਸਹਿਯੋਗ ਦਿੱਤਾ ਜਾ ਰਿਹਾ ਹੈ। ਸੋ ਜੰਮੂ ਕਸ਼ਮੀਰ ਦੇ ਹਾਲਾਤਾਂ 'ਤੇ ਸਾਡੀ ਇਸ ਖਾਸ ਰਿਪੋਰਟ ਦੇ ਵਿੱਚ ਇੰਨਾ ਹੀ, ਅੱਗੋਂ ਵੀ ਵਾਦੀ ਦੇ ਹਾਲਾਤਾਂ ਬਾਰੇ ਅਸੀਂ ਤੁਹਾਨੂੰ ਜਾਣੂ ਕਰਵਾਉਂਦੇ ਰਹਾਂਗੇ। ਦਿਓ ਆ ਗਿਆ, ਧੰਨਵਾਦ।